ਉਹ ਕੈਨੇਡਾ ਸਟੱਡੀ ਵੀਜ਼ੇ ਤੇ ਗਈ ਸੀ, 2 ਸਮੈਸਟਰ ਉਹਦੇ ਪੂਰੇ ਹੋ ਗਏ ਆ। ਬ੍ਰੈਂਪਟਨ 'ਚ ਕੰਮ ਨਾ ਉਹਨੂੰ ਮਿਲਣ ਕਰਕੇ ਥੋੜ੍ਹਾ ਉਹ ਸਾਈਡ 'ਤੇ ਚਲੀ ਗਈ, ਜਿੱਥੋਂ ਕਿ ਉਹ ਜਾ ਕੇ ਅਤੇ ਦੁਬਾਰਾ ਉਸਨੇ ਕੰਮ 'ਤੇ ਡਿਊਟੀ 'ਤੇ ਗਈ। ਡਿਊਟੀ ਤੋਂ ਵਾਪਸ ਆ ਰਹੇ ਸੀ, ਨਾਲ ਹੋਰ ਵੀ ਲੜਕੀਆਂ ਸੀ, ਉਹਨਾਂ ਦਾ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਐਕਸੀਡੈਂਟ ਹੋ ਗਿਆ। ਐਕਸੀਡੈਂਟ ਦੇ ਵਿੱਚ 3 ਲੜਕੀਆਂ ਜੋ ਆ ਖਤਮ ਹੋ ਗਈਆਂ ਨੇ ਤੇ 2 ਲੜਕੇ ਜਿਹੜੇ ਸੀ ਉਹ ਗੰਭੀਰ ਜ਼ਖਮੀ ਹੋ ਗਏ। 10 ਮਹੀਨੇ ਪਹਿਲਾਂ ਕੈਨੇਡਾ ਪੜਨ ਗਈ ਪੰਜਾਬੀ ਕੁੜੀ ਦੀ ਸੜਕ ਹਾਦਸੇ ਦੇ ਵਿੱਚ ਹੋਈ ਮੌਤ। ਤੁਹਾਨੂੰ ਦੱਸਦੇ ਕਿ ਆਪਣੇ ਦੋਸਤਾਂ ਦੇ ਨਾਲ ਗੱਡੀ ਦੇ ਵਿੱਚ ਕੰਮ ਤੇ ਜਾ ਰਹੀ ਸੀ ਕਿ ਰਾਸਤੇ ਦੇ ਵਿੱਚ ਵੱਡਾ ਹਾਦਸਾ ਹੋ ਗਿਆ, ਜਿਸ ਦੌਰਾਨ ਪੰਜਾਬੀ ਕੁੜੀ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸਦੇ ਕਿ ਬਟਾਲਾ ਦੀ ਰਹਿਣ ਵਾਲੀ 21 ਸਾਲਾ ਕੋਮਲਪ੍ਰੀਤ, ਜੋ ਕਿ ਕੈਨੇਡਾ ਸਟੱਡੀ ਵੀਜ਼ਾ ਤੇ ਗਈ ਸੀ, ਮਾਪਿਆਂ ਨੇ ਕਰਜ਼ੇ ਦੀ ਪੰਡ ਚੁੱਕ ਕੇ ਉਸ ਨੂੰ ਬਾਹਰ ਭੇਜਿਆ ਸੀ। ਅਜੇ 10 ਮਹੀਨੇ ਹੀ ਹੋਏ ਸੀ ਕਿ ਵੱਡਾ ਹਾਦਸਾ ਵਾਪਰ ਗਿਆ, ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤੁਹਾਨੂੰ ਦੱਸਦੇ ਕਿ ਕਾਲਜ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਸੀ ਅਤੇ ਅੱਜ ਆਪਣੇ ਦੋਸਤਾਂ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਕੰਮ 'ਤੇ ਜਾ ਰਹੀਆਂ ਸੀ, ਨਾਲ ਉਸਦੇ ਸਹੇਲੀਆਂ ਵੀ ਸੀ, ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਉਸਦੀ ਸਹੇਲੀਆਂ ਦੀ ਵੀ ਮੌਤ ਹੋ ਗਈ ਹੈ। 3 ਸਹੇਲੀਆਂ ਸੀ ਉਸਦੇ ਨਾਲ, ਉਹਨਾਂ ਦੀ ਵੀ ਮੌਤ ਹੋ ਗਈ ਹੈ। ਅਤੇ ਅਜੇ ਸਿਰਫ 2 ਹੀ ਸਮੈਸਟਰ ਕਲੀਅਰ ਹੋਏ ਸੀ ਕਿ ਇਹ ਭਾਣਾ ਵਾਪਰ ਗਿਆ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਲੜਕੀਆਂ ਦੇ ਨਾਲ ਉਹ ਕੱਲ੍ਹ ਕੰਮ 'ਤੇ ਗਈ ਹੈ ਅਤੇ ਜਦੋਂ ਵਾਪਸ ਆ ਰਹੀ ਹੈ, ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ 2 ਨੌਜਵਾਨ ਹੋਰ ਉਹਨਾਂ ਦੇ ਨਾਲ, ਇੱਕ ਡਰਾਈਵਰੀ ਕਰ ਰਿਹਾ ਹੈ, ਇੱਕ ਕੰਡਕਟਰ ਸੀਟ 'ਤੇ ਬੈਠਾ ਹੈ। ਇਹ 3 ਗੁੱਡੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਰਲੀ ਸੀਟ 'ਤੇ ਬੈਠੀ ਹੋਈ ਹੈ। ਅਚਾਨਕ ਇਹਨਾਂ ਦੇ ਕੋਈ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰਾਉਂਦੀ ਹੈ, ਜਿਸ ਦੇ ਕਾਰਨ ਕਰਕੇ ਮੇਰੀ ਭਤੀਜੀ ਸਮੇਤ 2 ਗੁੱਡੀਆਂ ਜਿਹੜੀਆਂ ਮਗਰ ਵਹੀਆਂ ਸੀਟਾਂ ਦੇ ਉੱਤੇ ਉਹ ਕਾਲ ਚਲਾਣਾ ਕਰ ਜਾਂਦੀਆਂ, ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਅਤੇ ਨਾਲ ਬੈਠੇ ਕੰਡਕਟਰ ਸੀਟ 'ਤੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ, ਜਿਹੜਾ ਕਿ ਅਜੇ ਹੋਸ਼ ਦੇ ਵਿੱਚ ਨਹੀਂ ਆਇਆ। ਸਾਨੂੰ ਉੱਥੋਂ ਸਾਰੀਆਂ ਖਬਰਾਂ ਜਿਹੜੀਆਂ ਫੋਨ ਰਾਹੀਂ ਮਿਲ ਰਹੀਆਂ ਹਨ। ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾੜਾ ਹੋਇਆ ਹੈ। ਇਹਨਾਂ ਤੋਂ ਵੱਡਾ ਬ੍ਰਦਰ ਸੀ ਬਲਵਿੰਦਰ ਸਿੰਘ, ਜੋ ਕਿ ਕਰੇਨ ਆਪਰੇਟਰ ਸੀ। ਉਹਦੀ ਲੜਕੀ ਕੈਨੇਡਾ ਗਈ ਨੂੰ ਕੋਈ 10.5 ਮਹੀਨੇ ਹੋਏ ਆ। ਉਹ ਕੈਨੇਡਾ ਸਟੱਡੀ ਵੀਜ਼ੇ ਤੇ ਗਈ ਸੀ, 2 ਸਮੈਸਟਰ ਉਹਦੇ ਪੂਰੇ ਹੋ ਗਏ ਆ। ਕੰਮ ਪਹਿਲਾਂ ਤਾਂ ਉਹ ਰਹਿੰਦੀ ਸੀਗੀ ਬ੍ਰੈਂਪਟਨ, ਬ੍ਰੈਂਪਟਨ 'ਚ ਕੰਮ ਨਾ ਉਹਨੂੰ ਮਿਲਣ ਕਰਕੇ ਥੋੜ੍ਹਾ ਉਹ ਸਾਈਡ 'ਤੇ ਚਲੀ ਗਈ, ਜਿੱਥੋਂ ਕਿ ਉਹ ਜਾ ਕੇ ਅਤੇ ਦੁਬਾਰਾ ਉਸਨੇ ਕੰਮ 'ਤੇ ਡਿਊਟੀ 'ਤੇ ਗਈ। ਡਿਊਟੀ ਤੋਂ ਵਾਪਸ ਆ ਰਹੇ ਸੀ, ਨਾਲ ਹੋਰ ਵੀ ਲੜਕੀਆਂ ਸੀ, ਉਹਨਾਂ ਦਾ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਐਕਸੀਡੈਂਟ ਹੋ ਗਿਆ। ਐਕਸੀਡੈਂਟ ਦੇ ਵਿੱਚ 3 ਲੜਕੀਆਂ ਜੋ ਆ ਖਤਮ ਹੋ ਗਈਆਂ ਨੇ ਅਤੇ 2 ਲੜਕੇ ਜਿਹੜੇ ਸੀ ਉਹ ਗੰਭੀਰ ਜ਼ਖਮੀ ਹੋ ਗਏ ਆ। ਇਹ ਪਰਿਵਾਰ ਜਿਹੜਾ ਬਹੁਤ ਮਿਹਨਤੀ ਅਤੇ ਗਰੀਬ ਪਰਿਵਾਰ ਸੀਗਾ, ਛੋਟੇ ਆਪਣਾ ਥੋੜ੍ਹਾ ਥੋੜ੍ਹੇ ਅਦਾਰੇ ਤੋਂ ਉੱਪਰ ਨੂੰ ਉੱਠਿਆ ਵਾ। ਇਹਨਾਂ ਦੀ ਸਰਕਾਰ ਨੂੰ ਕੋਈ ਨਾ ਕੋਈ ਮਦਦ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇੰਨਾ ਪੈਸਾ ਲਾ ਕੇ ਪਹਿਲਾਂ ਲੜਕੀ ਨੂੰ ਐਲਟਸ ਕਰਾਈ, ਫਿਰ ਲੜਕੀ ਨੂੰ ਕੈਨੇਡਾ ਪੜ੍ਹਨ ਵਾਸਤੇ ਭੇਜਿਆ, 25-30 ਲੱਖ ਰੁਪਇਆ ਲਾਇਆ, ਪਰ ਅੱਜ ਇਹਨਾਂ ਦਾ ਉਹ ਸਾਰਾ ਨੁਕਸਾਨ ਅਤੇ ਇੱਕ ਬੱਚਾ ਵੀ ਘਰ ਤੋਂ ਗਿਆ। ਇਹਦੀ ਸਾਰੇ ਅਸੀਂ ਪਿੰਡ ਵਾਲੇ ਜਿਹੜੇ ਆ ਸਾਰਾ ਪਿੰਡ ਹੀ ਸੋਗ ਦੇ ਵਿੱਚ ਡੁੱਬਿਆ ਹੋਇਆ, ਸਵੇਰ ਤੋਂ ਤਾਤਾ ਲੱਗਾ ਹੋਇਆ ਹੈ ਬਾਬਾ ਜੀ ਦੇ ਘਰ ਵਿੱਚ, ਅਤੇ ਲੜਕੀ ਦਾ ਪਿਤਾ ਨੇ ਅਜੇ ਆਉਣਾ, ਉਹ ਵੀ ਆਪਣਾ ਡਿਊਟੀ ਤੋਂ ਵਾਪਸ ਆ ਰਹੇ ਨੇ ਅੱਜ। ਬਾਕੀ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਕਿ ਇਹਨਾਂ ਦੀ ਜੋ ਵੀ ਸਹਾਇਤਾ ਹੋ ਸਕੇ ਉਹ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ।